ਬੀਬੀ ਕਮਲਦੀਪ ਕੌਰ ਰਾਜਵਾਨੇ ਦੀ ਭੈਣ ਨੂੰ ਇਸ ਵਾਰ ਉਮੀਦਵਾਰ ਤੁਸੀਂ ਬਣਾਇਆ ਪਰ ਤੁਹਾਡੇ ਵਿਰੋਧੀ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਕਹਿੰਦੀ ਹੈ 2014 ਦੇ ਵਿੱਚ ਜਦੋਂ ਲੋਕ ਸਭਾ ਦੀ ਚੋਣ ਸੀ ਉਦੋਂ ਖਿਲਾਫ ਕਿਉਂ ਲੜਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਵੀ ਖੜਾ ਕੀਤਾ ਔਰ ਇੱਕ ਪਾਸੇ ਬੀਬੀ ਵੀ ਲੜ ਰਹੀ ਸੀ ਚੋਣ ਜੇ ਅਸੀਂ 2012 ਚ ਭਾਈ ਰਾਜੂਵਾਲਾ ਸਾਹਿਬ ਦੀ ਫਾਂਸੀ ਰਕਵਾ ਸਕਦੇ ਆ ਤੇ ਫਿਰ 14 ਚ ਲੜਾਉਣ ਦੀ ਕੀ ਲੋੜ ਸੀ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਕਿ ਜਦੋਂ ਮੇਰੇ ਨਾਲ ਮੁਲਾਕਾਤ ਹੋਈ ਬਾਦਲ ਪਰਿਵਾਰ ਵੀ ਆਇਆ ਮੇਰੇ ਕੋਲ ਚੱਲ ਕੇ ਘਰੇ ਕਹਿੰਦੇ ਮੈਂ ਉਹਨਾਂ ਨੂੰ ਪ੍ਰਧਾਨ ਸਾਹਿਬ ਨੂੰ ਕਿਹਾ ਸੀ ਕਿ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਹੋਰ ਨੂੰ ਦੇ ਦਿਓ ਔਰ ਬੰਦੀ ਸਿੰਘਾਂ ਨੂੰ ਹੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣਾ ਹੈ ਉਹਨਾਂ ਚੋਂ ਲਾਓ ਐਸਜੀਪੀਸੀ ਦਾ ਪ੍ਰਧਾਨ ਬਣਾਉਣਾ ਹੈ ਉਹ ਬੰਦੀ ਸਿੰਘਾਂ ਚੋਂ ਲਾਓ ਮਾਨ ਸਾਹਿਬ ਤੁਸੀਂ ਖਾਲਿਸਤਾਨ ਦਾ ਨਾਹਰਾ ਲਾਉਂਦੇ ਹੋ ਕੁਝ ਤੇ ਕੁਝ ਨਹੀਂ ਹੁੰਦਾ ਕਿਤੇ ਜਜ਼ਬਾਤੀ ਹੋਇਆ ਨੌਜਵਾਨ ਖਾਲਿਸਤਾਨ ਦਾ ਨਾਹਰਾ ਲਾਉਂਦਾ ਹੈ ਤਾਂ ਉਹਦੇ ਤੇ ਪਰਚਾ ਹੋ ਜਾਂਦਾ ਕਿਉਂ ਹੁੰਦਾ ਜੇ ਉਹ ਸੰਵਧਾਨ ਨੂੰ ਨਹੀਂ ਮੰਨਦੇ ਖਾਲਿਸਤਾਨ ਦੀ ਗੱਲ ਕਰਦੇ ਨੇ ਤਾਂ ਜਿਹੜੇ ਸੰਵਧਾਨ ਦੇ ਉਹ ਸੌਂਚ ਕੇ ਐਮਪੀ ਬਣਨਾ ਹੈ ਫਿਰ ਉਹਨੂੰ ਕਿਉਂ ਸੌਂਚ ਕੇ ਦੇਦੇ ਨੇ ਆ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ 3 ਮਹੀਨਿਆਂ ਚ 92 ਐਮ ਐਲ ਏ ਦੇਖੋ ਪਹਿਲਾਂ ਜਿਤਾ ਕੇ ਇੱਕ ਮੁੱਖ ਮੰਤਰੀ ਸਟਿੱਪਣੀ ਬਣ ਗਿਆ ਉਹਨਾਂ ਦੀ ਪ੍ਰਾਪਤੀ ਹੈ ਕਿ ਉਹਨਾਂ ਨੇ ਐਲਾਨ ਕਰਕੇ 24 ਕਰੋੜ ਰੁਪਏ ਦੇ ਇਸ਼ਤਿਹਾਰ ਲਵਾਤੇ ਪੂਰੇ ਦੇਸ਼ ਦੇ ਵਿੱਚ ਤੇ ਅੱਜ ਜਿਹੜੀਆਂ ਪ੍ਰਾਪਤੀਆਂ ਨੇ ਕਿ ਅੱਜ ਫੇਲ ਹੋਈ ਹੈ 3 ਮਹੀਨਿਆਂ ਚ ਸਰਕਾਰ ਜਿਹੜੇ ਕਹਿੰਦੇ ਜੇ ਤੁਹਾਨੂੰ ਸਿਕਿਉਰਟੀ ਚਾਹੀਦੀ ਹੈ ਤਾਂ ਤੁਸੀਂ ਨਾ ਮੁਰਗੀਖਾਨੇ ਪਾ ਲਓ ਜੇ ਰਾਜਨੀਤੀ ਨਾ ਕਰੋ ਤੇ ਫਿਰ ਹੁਣ ਭਗਵੰਤ ਮਾਨ ਸਾਹਿਬ ਨੂੰ ਕਹੋ ਵੀ ਤੁਸੀਂ ਮੁਰਗੀਖਾਨੇ ਪਾ ਲਓ ਮੈਂ ਇੱਥੇ ਤੁਹਾਡੇ ਚੈਨਲ ਜਰੀਏ ਪੁੱਛ ਲਾਣਿਆ ਵੀ ਮੁਰਗੀਆਂ ਵੀ ਅਸੀਂ ਭੇਜ ਦਾਂਗੇ ਦੇ ਲੀਡਰਾਂ ਨੂੰ ਸਵਾਲ ਕਰਦੇ ਆ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਇੱਕ ਮੁੱਖ ਮੰਤਰੀ ਦਾ ਪ੍ਰੋਟੋਕਾਲ ਹੁੰਦਾ ਦੋ ਦੋ ਮੁੱਖ ਮੰਤਰੀ ਇਕੱਠੇ ਪ੍ਰਚਾਰ ਕਰ ਸਾਡੇ ਵੇਲੇ ਮੁੱਖ ਮੰਤਰੀ ਦੇ ਪ੍ਰੋਟੋਕਾਲ ਕਿੱਥੇ ਜਦੋਂ ਬਕਵਾਸ ਕਰਦੇ ਸੀ ਸੋਸ਼ਲ ਮੀਡੀਆ ਤੇ ਅੱਜ ਇਹਦੇ ਘਰ ਦੇ ਬਾਰ ਜਿਹੜਾ ਕਹਿੰਦਾ ਸੀ ਮੇਰਾ ਹਰਾ ਪੈਨ ਚੱਲੂਗਾ ਕੋਈ ਧਰਨਾ ਨਹੀਂ ਲੱਗੂਗਾ ਸੱਤ ਧਰਨੇ ਨੇ ਜਿਹੜਾ ਕਹਿੰਦਾ ਟੈਂਕੀ ਤੇ ਨਹੀਂ ਚੜੂਗਾ ਕੇਜਰੀਵਾਲ ਸਾਹਿਬ ਉੱਪਰ ਐ ਮੂੰਹ ਕਰਕੇ ਕਰਦੇ ਸੀ ਵੀ ਕਈ ਰਾਤ ਟੈਂਕੀ ਤੋਂ ਉਤਾਰ ਦੇਂਗੇ ਇੱਕ ਦਿਨ ਮੇ ਅੱਜ ਵੀ ਟੈਂਕੀ ਤੇ ਚੜੇ ਹੋਏ ਨੇ ਇੱਕ ਬੰਦਾ ਜਿਹਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ ਉਹਨੂੰ ਜਹਾਜ਼ ਦਾ ਸ ਆਹੀ ਕੁਛ ਹੋਊਗਾ ਕ੍ਰੈਸ਼ ਹੋਊਗਾ ਉਹ ਤੇ ਕ੍ਰੈਸ਼ ਇਹਨਾਂ ਨੇ ਕਰਤਾ ਹੁਣ ਬੋਲੀ ਜਾਂਦੇ ਸੀ ਸੁਖਬੀਰ ਸਿੰਘ ਬਾਦਲ ਦੇ ਸੁਖਵਿਲਾ ਤੇ ਕਰ ਲੋ ਯਾਰ ਕਰ ਬਾਈ ਰੁਕਿਆ ਕਿ ਪਹਿਲਾਂ ਕਹਿੰਦੇ ਬੱਸਾਂ ਬੰਦ ਕਰਾ ਦਾਂਗੇ ਕੇਵਲ ਬੰਦ ਕਰਦਾਂਗੇ ਹੋਗੀ ਦਿਖਾਉਂਦੇ ਜਿਆਦਾ ਨੇ ਕਰਦੇ ਘੱਟ ਨੇ ਅਲਾਨ ਵੰਤ ਸਿੰਘ ਮਾਨ ਐ ਇਹ ਇਹਨਾਂ ਦਾ ਚੰਨੀ ਫੇਲ ਕਰਤਾ ਯਾਰ ਸੱਚੀ ਉਹਨੂੰ ਕਹਿੰਦੇ ਅਲਾਨਜੀਤ ਸਿੰਘ ਚੰਨੀ ਇਹ ਚੰਨੀ ਦਾ ਵੀ ਗੁਰੂ ਐ ਅਲਾਨਾਂ ਚ ਸੰਗਰੂਰ ਲੋਕ ਸਭਾ ਹਲਕਾ ਜਿਮਣੀ ਚੋਣ ਜ਼ੋਰਾ ਤੇ ਐ ਪ੍ਰਚਾਰ ਦਾ ਆਖਰੀ ਦਿਨ ਐ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬਹੁਤ ਸਾਰੇ ਦਾਅਵੇ ਕੀਤੇ ਗਏ ਖਾਸ ਕਰਕੇ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਜਾਂ ਸਿਮਰਨਜੀਤ ਸਿੰਘ ਮਾਨ ਹੋਣ ਸਾਹਮਣੇ ਜਾਂ ਭਾਜਪਾ ਵਾਲੇ ਹੋਣ ਸਾਰਿਆਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਜਿਹੜੇ ਮਰਜ਼ੀ ਮੁੱਦਿਆਂ ਦੇ ਉੱਤੇ ਰਾਜਨੀਤੀ ਕਰ ਲਓ ਪਰ ਸਾਡਾ ਇਸ ਵਾਰੀ ਇਸ ਚੋਣ ਵਿੱਚ ਖਾਸ ਕਰਕੇ ਏਜੰਡਾ ਬੰਦੀ ਸਿੰਘਾਂ ਦੀ ਰਿਹਾਈ ਅੱਜ ਨੂੰ ਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਗੋਲਡੀ ਹੋਣਗੇ ਜਿਹੜੇ ਵਿਧਾਨ ਸਭਾ ਦੀ ਚੋਣ ਵੀ ਸੰਗਰੂਰ ਤੋਂ ਲੜੇ ਸਨ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬਾਈ ਧੰਨਵਾਦ ਸੰਦੀਪੀਰ ਧੰਨਵਾਦ ਜੀ ਥੈਂਕ ਯੂ ਇਸ ਚੋਣ ਦੇ ਵਿੱਚ ਬਾਕੀ ਚੋਣਾਂ ਦੇ ਮੁਕਾਬਲੇ ਅਲੱਗ ਕੀ ਹੈ ਕਿਉਂਕਿ ਸਾਰੀਆਂ ਪਾਰਟੀਆਂ ਕਹਿ ਰਹੀਆਂ ਸਾਡਾ ਇਹ ਏਜੰਡਾ ਸਾਡਾ ਇਹ ਏਜੰਡਾ ਤੇ ਸ਼੍ਰੋਮਣੀ ਅਕਾਲੀ ਦਲ ਕੀ ਸਮਝਦਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਾ ਦੇਖੋ ਇਹ ਚੋਣ ਜਿਹੜੀ ਹੈ ਉੱਚੇ-ਚੇ ਤੌਰ ਤੇ ਅਸੀਂ ਕੋਈ ਰਾਜਨੀਤਿਕ ਤੌਰ ਤੇ ਨਹੀਂ ਲੜ ਰਹੇ ਇਹ ਚੋਣ ਲੜੀ ਜਾ ਰਹੀ ਹੈ ਕਿ ਇਨਸਾਨੀਅਤ ਲਈ ਇਹ ਚੋਣ ਲੜੀ ਜਾ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਣ ਬਹੁਤ ਸਾਰੇ ਸਵਾਲ ਕਰਦੇ ਨੇ ਯਾਰ ਵੀ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਿਵੇਂ ਗੱਲ ਕਰਦੇ ਹੋ ਹਣਾ ਮੈਂ ਇੱਥੇ ਦੱਸਣਾ ਚਾਹਣਾ 2012 ਚ ਜਦੋਂ ਭਾਈ ਰਾਜੂਆਣਾ ਸਾਹਿਬ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤੇ ਉਦੋਂ ਕਿਹਾ ਸੀ ਕਿ ਉਹਨਾਂ ਨੂੰ ਹੈਂਗ ਕਰ ਦੇਣਾ ਤਾਂ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੀ ਜਿਨ੍ਹਾਂ ਨੇ ਉਹ ਫਾਂਸੀ ਰਕਵਾਈ ਸੀ ਤੇ ਅੱਜ ਤੱਕ ਉਹ ਰੁਕੀ ਹੋਈ ਹੈ ਦੂਜੀ ਗੱਲ ਮੈਂ ਇਹ ਕਹਿਣਾ ਚਾਹਣਾ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਬੀਬੀ ਨੇ ਜਾ ਕੇ ਕਿਵੇਂ ਗੱਲ ਕਰਨੀ ਹੈ ਦੇਖੋ ਇੱਕ ਸੁਭਾਵਿਕ ਗੱਲ ਹੈ ਜਿੱਦੀ ਹੱਡ ਬੀਤੀ ਹੁੰਦੀ ਹੈ ਨਾ ਉਹਦਾ ਜਿਹੜਾ ਦਰਦ ਬਿਆਨ ਕਰਨਾ ਉਹ ਵੀ ਇੱਕ ਅਲੱਗ ਹੀ ਹੁੰਦਾ ਹੈ ਤੇ ਦੂਜਾ ਮੈਸੇਜ ਜਾਣਾ ਹੈ ਗਵਰਨਮੈਂਟ ਆਫ ਇੰਡੀਆ ਨੂੰ ਦੇਸ਼ ਦੀ ਉਹ ਸੰਸਦ ਨੂੰ ਕਿਉਂਕਿ ਜਿੱਥੇ ਮੰਨ ਲਓ ਮੈਂ ਇੱਕ ਐਜ਼ਏ ਜਾਂ ਸੁਖਬੀਰ ਸਿੰਘ ਬਾਦਲ ਸਾਹਿਬ ਗੱਲ ਕਰਦੇ ਜਾਂ ਕੋਈ ਹੋਰ ਪਾਰਟੀ ਲੀਡਰ ਗੱਲ ਕਰਦਾ ਉਹਨਾਂ ਦਾ ਕੀ ਹੁੰਦਾ ਕਿ ਉਹ ਆਪਣੀ ਗੱਲ ਕਰਦੇ ਨੇ ਪਰ ਏਜੰਡੇ ਨਾਲ ਹੋਰ ਵੀ ਕਈ ਹੁੰਦੇ ਨੇ ਜਦੋਂ ਬੋਲਦੇ ਨੇ ਉਹਨਾਂ ਨੂੰ ਲੱਗਦਾ ਕਿ ਠੀਕ ਹੈ ਰਿਕ ਪਾਰਟੀ ਆ ਉਹਦਾ ਪ੍ਰੋਟੋਕੋਲ ਦੇ ਵਿੱਚ ਮੁੱਦਾ ਚੱਕ ਰਹੀ ਹੈ ਪਰ ਜਦੋਂ ਇਥੋਂ ਜਿੱਤ ਕੇ ਜਾਣਗੇ ਤਾਂ ਉਹਦਾ ਮੈਸੇਜ ਜਿਹੜਾ ਉੱਥੇ ਜਾਣਾ ਉਹ ਜਾਣਾ ਕਿ ਨਹੀਂ ਲੋਕ ਚਾਹੁੰਦੇ ਨੇ ਕਿ ਬੰਦੀ ਸਿੰਘ ਜਿਹੜੇ ਨੇ ਰਹਾ ਹੁਣ ਉਹਨਾਂ ਦੇ ਪਰਿਵਾਰ ਦਾ ਜਦੋਂ ਮੈਂਬਰ ਜਾਊਗਾ ਉਹ ਭੈਣ ਜਿਹਨੇ 28 ਸਾਲ ਸੰਤਾਪ ਬਣਾਇਆ ਯਾਰ ਜਿਹਦੇ 18 ਸਾਲ ਦੇ ਭਰਾ ਨੂੰ ਗੋਲੀ ਮਾਰੀ ਗਈ ਜਿਹਦੇ 20 ਸਾਲ ਦੇ ਭਰਾ ਨੂੰ ਗੋਲੀ ਮਾਰੀ ਗਈ ਜਿਹਦਾ ਪਰਿਵਾਰ ਉਜਾੜਦਾ ਤੇ ਜਿਹੜੀ 28 ਸਾਲਾਂ 27 ਸਾਲਾਂ ਤੋਂ ਲੜਾਈ ਲੜ ਰਹੀ ਹੈ ਉਸ ਭੈਣ ਨੂੰ ਜਦੋਂ ਉੱਥੇ ਸੰਸਦ ਚ ਪਹੁੰਚਣਾ ਹੈ ਤਾਂ ਡਾਊਟਰਲੀ ਉਹਦਾ ਇੰਪੈਕਟ ਜਿਹੜਾ ਆਲ ਇੰਡੀਆ ਲੈਵਲ ਤੇ ਰਹੂਗਾ ਤੇ ਬਾਕੀ ਪਾਰਟੀਆਂ ਜਿਹੜੀਆਂ ਉਹ ਤਾਂ ਨਾਰਮਲ ਜਿਹੜਾ ਕਾਮਨ ਏਜੰਡਾ ਉਹਨਾਂ ਦਾ ਉਸੇ ਤੇ ਹੀ ਲੜ ਰਹੀਆਂ ਤੁਹਾਡੀ ਜਿਹੜੀ ਇਹ ਕੀ ਦਲੀਲ ਹੈ ਕਿ ਬੀਬੀ ਕਮਲਦੀਪ ਕੌਰ ਰਾਜਵਾਨੇ ਦੇ ਭੈਣ ਨੂੰ ਇਸ ਵਾਰੀ ਉਮੀਦਵਾਰ ਤੁਸੀਂ ਬਣਾਇਆ ਪਰ ਤੁਹਾਡੇ ਵਿਰੋਧੀ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਉਹ ਇਸ ਚੋਣ ਪ੍ਰਚਾਰ ਦੇ ਵਿੱਚ ਤੁਹਾਨੂੰ ਕਾਊਂਟਰ ਕਰਦੀ ਐ ਇਸ ਗੱਲ ਤੇ ਕਹਿੰਦੀ ਐ 2014 ਦੇ ਵਿੱਚ ਜਦੋਂ ਲੋਕ ਸਭਾ ਦੀ ਚੋਣ ਸੀ ਉਦੋਂ ਖਿਲਾਫ ਕਿਉਂ ਲੜਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਵੀ ਖੜਾ ਕੀਤਾ ਔਰ ਇੱਕ ਪਾਸੇ ਬੀਬੀ ਵੀ ਲੜ ਰਹੀ ਸੀ ਚੋਣ ਜੀ ਬਿਲਕੁਲ ਦੇਖੋ ਇਹ ਚ ਕੋਈ ਦੋ ਰਹਿਣੀ ਐ ਪਟਿਆਲੇ ਉਦੋਂ ਕਿਉਂਕਿ ਉਹ ਇੱਕ ਰਾਜਨੀਤਿਕ ਤੌਰ ਤੇ ਉੱਥੇ ਆਏ ਸੀ ਤਾਂ ਇਸ ਵਾਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਅਸੀਂ ਪਹਿਲਾਂ ਦੇਖੋ ਪੋਲੀਟੀਕਲ ਸਿਸਟਮ 'ਚ ਉਹ ਵੀ ਲੜੇ ਪੋਲੀਟੀਕਲ ਸਿਸਟਮ 'ਚ ਅਸੀਂ ਵੀ ਲੜੇ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਉਹਨਾਂ ਨੇ ਬੇਨਤੀ ਕੀਤੀ ਉਹਨਾਂ ਨੂੰ ਜਦੋਂ ਅਸੀਂ ਗੱਲ ਕੀਤੀ ਤਾਂ ਉਥੇ ਪੰਥਕ ਧਿਰਾਂ ਇਕੱਠੀਆਂ ਹੋਈਆਂ ਪੰਥਕ ਧਿਰਾਂ ਵੱਲੋਂ ਸਾਰਿਆਂ ਵੱਲੋਂ ਜਦੋਂ ਅਜੰਡਾ ਕਾਮਨ ਅਜੰਡਾ ਬਣਾਇਆ ਕਿ ਬੰਦੀ ਸਿੱਖਾਂ ਦੇ ਪਰਿਵਾਰ 'ਚੋਂ ਇੱਕ ਬੰਦਾ ਚੋਣ ਲੜੇ ਜਿੱਥੇ ਸਰਦਾਰ ਸਿਮਰਤਜੀਤ ਸਿੰਘ ਮਾਨ ਸਾਹਿਬ ਵੀ ਸੀ ਨਾਲ ਪਰੰਤੂ ਉਹਨਾਂ ਨੇ ਮਾਨ ਸਾਹਿਬ ਨੇ ਤਾਂ ਆਪਣਾ ਕੈਂਡੀਡੇਟ ਆਪ ਹੀ ਅਨਾਉਂਸ ਕਰਦਾ ਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੇ ਹੋਏ ਅਸੀਂ ਭੈਣ ਜੀ ਹੋਰਾਂ ਦੀ ਸਪੋਰਟ ਤੇ ਵੀ ਆਇਆ ਅਕਾਲੀ ਦਲ ਨੇ ਆਪਣੀ ਚੋਣ ਨਿਸ਼ਾਨ ਵੀ ਦਿੱਤਾ ਅਕਾਲੀ ਦਲ ਨੇ ਤਕੜੀ ਤੇ ਅਕਾਲੀ ਦਲ ਦਾ ਪੂਰਾ ਕੱਢਣ ਦੀ ਮਦਦ ਵੀ ਕਰ ਰਿਹਾ ਸੋ ਅਸੀਂ ਪਹਿਲਾਂ ਵੀ ਉਸ ਚੀਜ਼ ਤੇ ਖੜੇ ਸੀ ਪਰੰਤੂ ਉਸ ਸਮੇਂ ਤੇ ਬੀਬੀ ਜੀ ਹੋਰਾਂ ਨੇ ਆਪਣੇ ਤੌਰ ਤੇ ਇੰਡੀਪੈਂਡੈਂਟ ਚੋਣ ਲਾਣ ਦਾ ਫੈਸਲਾ ਕੀਤਾ ਸੀ ਪਰੰਤੂ ਸਾਡੇ ਵੱਲੋਂ ਉਦੋਂ ਵੀ ਇਹ ਚੀਜ਼ਾਂ ਸੀ ਕਿ ਅਸੀਂ ਲੜਾ ਸਕਦੇ ਸੀ ਪਰੰਤੂ ਉਹਨਾਂ ਨੇ ਕਿਹਾ ਕਿ ਨਹੀਂ ਉਹਨਾਂ ਨੇ ਆਪਣੇ ਤੌਰ ਤੇ ਲੜਿਆ ਸਾਡੇ ਵੱਲੋਂ ਹਮੇਸ਼ਾ ਜੇ ਅਸੀਂ 2012 ਚ ਭਾਈ ਰਾਜੂਆਣਾ ਸਾਭ ਦੀ ਫਾਂਸੀ ਰਕਵਾ ਸਕਦੇ ਹਾਂ ਤੇ ਫਿਰ 14 ਚ ਲੜਾਉਣ ਦੀ ਕੀ ਉਹ ਸੀ ਇਸ਼ੂ ਸੀ ਸਾਡੀ ਇਸ ਮਸਲੇ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਕਿ ਜਦੋਂ ਮੇਰੇ ਨਾਲ ਮੁਲਾਕਾਤ ਹੋਈ ਬਾਦਲ ਪਰਿਵਾਰ ਵੀ ਆਇਆ ਮੇਰੇ ਕੋਲ ਚੱਲ ਕੇ ਘਰੇ ਉਹਨਾਂ ਨੂੰ ਮੈਂ ਕੋਕ ਵੀ ਪਿਆਇਆ ਜਿੰਨੀ ਕੁ ਸੇਵਾ ਹੁੰਦੀ ਸੀ ਸਾਰੀ ਕੀਤੀ ਪਰ ਜਦੋਂ ਅਸੀਂ ਕਿ ਪੰਥਕ ਸਾਂਝ ਦੀ ਜਦੋਂ ਗੱਲ ਆਈ ਬਣੀ ਕਿਉਂ ਨਹੀਂ ਗੱਲ ਸਹਿਮਤੀ ਕਿਉਂ ਨਹੀਂ ਦੀਲ ਦੱਸਦੇ ਆ ਕਹਿੰਦੇ ਮੈਂ ਉਹਨਾਂ ਨੂੰ ਪ੍ਰਧਾਨ ਸਾਹਿਬ ਨੂੰ ਕਿਹਾ ਸੀ ਕਿ ਤਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਹੋਰ ਨੂੰ ਦੇ ਦਿਓ ਔਰ ਬੰਦੀ ਸਿੰਘਾਂ ਨੂੰ ਹੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣਾ ਹੈ ਉਹਨਾਂ ਚੋਂ ਲਾਓ ਐਸਜੀਪੀਸੀ ਦਾ ਪ੍ਰਧਾਨ ਬਣਾਉਣਾ ਹੈ ਉਹ ਬੰਦੀ ਸਿੰਘਾਂ ਚੋਂ ਲਾਓ ਪਹਿਲਾਂ ਇਹ ਤਾਂ ਕੰਮ ਕਰ ਲਓ ਜਿਹੜੇ ਆਪਾਂ ਕਰ ਸਕਦੇ ਆ ਫਿਰ ਚੋਣਾਂ ਵੇਲੇ ਵੀ ਸਹਿਮਤੀ ਹੋ ਉਸ ਦਿਨ ਮੈਂ ਵੀ ਸੰਗਰੂਰ ਨਾਲ ਹੀ ਸੀ ਜੀ ਇਹ ਕੋਈ ਮਸਲਾ ਕੋਈ ਵੱਡੀ ਗੱਲ ਨਹੀਂ ਆ ਜਿੱਥੇ ਲਾਉਣ ਵਾਲੀ ਗੱਲ ਹੋਗੀ ਉੱਥੇ ਲੱਗ ਵੀ ਜਾਣਗੇ ਪਰ ਇਸ ਟਾਈਮ ਕੀ ਸੀ ਜੇ ਕੀ ਉਸੇ ਦਿਨ ਸੰਭਵ ਹੋ ਸਕਦਾ ਈ ਸਾਰਾ ਕੁਝ ਅਸੀਂ ਮਾਨ ਸਾਹਿਬ ਨੂੰ ਇਹ ਕਿਹਾ ਸੀ ਉਹਨਾਂ ਨੂੰ ਖੁੱਲੀ ਆਫਰ ਸੀ ਕਿ ਆ ਢੇਡ ਸਾਲ ਜਿਹੜਾ ਬੰਦੀ ਸਿੰਘਾਂ ਨੂੰ ਰੜਨ ਦਿਓ 2024 ਤੋਂ ਦੇ ਵਿੱਚ ਅਸੀਂ ਤੁਹਾਡੇ ਖਿਲਾਫ ਕੈਂਡੀਡੇਟ ਨਹੀਂ ਖੜਾ ਕਰਦੇ ਇਹ ਸੁਖਬੀਰ ਜੀ ਉਹਨਾਂ ਦੇ ਘਰੇ ਕਹਿ ਕੇ ਆਏ ਨੇ ਸੇਵਾ ਕਰਨੀ ਉਹ ਤਾਂ ਸੁਭਾਅਕ ਆ ਯਾਰ ਜੇ ਤੁਸੀਂ ਸੇਵਾ ਦਾ ਜਵਾਬ ਕੀ ਦਿੱਤਾ ਉਹਨਾਂ ਨੇ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਜੇ ਹੁਣ ਤੁਸੀਂ ਸੇਵਾ ਦੀ ਗੱਲ ਕਰਦੋਂ ਘਰੇ ਕੋਈ ਗਿਆ ਉਹਨ ਹੁਣ ਚਾਹ ਪਾਣੀ ਵੀ ਨਹੀਂ ਪਿਆਉਂਗੇ ਤੇ ਇਹ ਸੁਣਾਉਣੀ ਮੈਨੂੰ ਲੱਗਦਾ ਛੋਟੀ ਗੱਲ ਆ ਸੁਣਾਉਣੀ ਨਹੀਂ ਚਾਹੀਦੀ ਕੁਝ ਵੀ ਪਿੰਦਾ ਤੁਸੀਂ ਜੋ ਪਿਆਇਆ ਖਵਾਇਆ ਪਾਣੀ ਪਿਆ ਪਾਣੀ ਪੀ ਕੇ ਵੀ ਆ ਜਾਂਦੇ ਹੋ ਤਾਂ ਬੱਧੋ ਬੱਧਾ ਦਕਾਂਟਾ ਬੈਠੇ ਉਥੇ ਤੇ ਹਾਂ ਉਥੇ ਜਿਹੜੀ ਗੱਲ ਕੀ ਹੈ ਕਿ ਅਸੀਂ ਕਹਾਂ ਕਿ 2024 ਚ ਉਹ ਨਹੀਂ ਮੰਨੇ ਜਿੱਤੇ ਅੜੇ ਰਹੇ ਨਹੀਂ ਨਹੀਂ ਮੈਂ ਤਾਂ ਹੁਣ ਲੜਨੀ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਮੇਰੀ ਜਿੱਤ ਯਕੀਨੀ ਹੈ ਉਹ ਹਰ ਵਾਰ ਇਲੈਕਸ਼ਨ ਲੜਦੇ ਨੇ ਪਿਛਲੇ ਵਿਦਡਰਾ ਕਰ ਦਿੰਦਾ ਜੇ ਮੇਰੀ ਗੱਲ ਮੰਨ ਲੈਂਦੇ ਕਹਿੰਦੇ ਉਹਨਾਂ ਨੇ ਮੰਨੀ ਨਹੀਂ ਮੇਰੀ ਗੱਲ ਨਹੀਂ ਵਿਦਡਰ ਉਹ ਤਾਂ ਉਹਦੇ ਤਾਂ ਨਾਮਿਨੇਸ਼ਨ ਫਾਈਲ ਕਰਾਇਆ ਸੀ ਸੈਕੰਡ ਡੇ ਤਾਂ ਹੂੰ ਉਹਨਾਂ ਨੇ ਕੀ ਕਿਹਾ ਦੇਖੋ ਜਿੱਦ ਦੇ ਅਸੀਂ ਗਏ ਰਾਤ ਨੂੰ ਉਹਨਾਂ ਨੇ ਕਿਹਾ ਕਿ ਮੈਂ ਕੱਲ ਨੂੰ ਆਪਣੀ ਪਾਰਟੀ ਨਾਲ ਵਿਚਾਰ ਕਰੂੰਗਾ ਇਸ ਚੀਜ਼ ਤੇ ਉਹਨਾਂ ਦਾ ਜਦੋਂ ਸਾਨੂੰ ਵਿਚਾਰ ਕੀ ਉਹਨਾਂ ਨੇ ਦੂਜੇ ਦਿਨ ਜਾ ਕੇ ਨਾਮੀਨੇਸ਼ਨ ਫਾਈਲ ਕਰਤੀ ਤੇ ਨਾਮੀਨੇਸ਼ਨ ਹੀ ਫਾਈਲ ਕਰਿਆ ਤੇ ਵਿਦਰੋ ਕਾਤਾ ਸੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਫੇਰ ਕਿਹਾ ਕਿ ਤੁਸੀਂ ਇੱਕ ਕੰਮ ਕਰੋ ਅੱਜ ਵੀ ਆ ਜਾਓ 24 ਲਈ ਤੁਹਾਡੇ ਖਿਲਾਫ ਕੈਂਡੀਡੇਟ ਨਹੀਂ ਖੜਾ ਕਰਦੇ ਨਹੀਂ ਮੰਨੇ ਫਿਰ ਹੁਣ ਵੀ ਭੈਣ ਜੀ ਨੇ ਕਿਹਾ ਕਿ ਮੇਰੀ ਨੋਟੀਫਿਕੇਸ਼ਨ ਅੱਜ ਜਾਰੀ ਹੋ ਜਾਏ ਮੈਂ ਹੁਣੇ ਵਿਡਰੋ ਕਰੂੰ ਆਪਦਾ ਕੈਂਡੀ ਜੀ ਮੈਂ ਮੈਂ ਇਲੈਕਸ਼ਨ ਨਹੀਂ ਲੜਦੀ ਬੰਦੀ ਸਿੰਘਾਂ ਦੇ ਰਹੀ ਦਾ ਨੋਟੀਫਿਕੇਸ਼ਨ ਜਾਰੀ ਕਰਾ ਦਿਓ ਤੇ ਮਾਨ ਸਾਹਿਬ ਤਾਂ ਦੇਖੋ ਕੌਮ ਦਾ ਸਰਮਾਇਆ ਨੇ ਮੈਂ ਹਮੇਸ਼ਾ ਇੱਜ਼ਤ ਕਰਦਿਆਂ ਵੱਡੇ ਨੇ ਐਜ਼ ਅ ਬਜ਼ੁਰਗ ਇੱਜ਼ਤ ਕਰਦਿਆਂ ਉਹਨਾਂ ਦੇ ਪਰ ਜਿਹੜਾ ਉਹਨਾਂ ਦਾ ਅਜੰਡਾ ਅਸੀਂ ਕਹਿੰਦੇ ਸੁਰ ਅਜੰਡਾ ਖਾਲਸਾਣ ਦਾ ਹੈ ਅਸੀਂ ਖਾਲਸਾਣ ਦੇ ਅਜੰਡੇ ਨੂੰ ਤੁਸੀਂ ਮੰਨ ਸਕਦੇ ਹੋ ਮੈਨੂੰ ਦੋਸਤੋ ਕਿੰਨੇ ਇੱਕ ਬੰਦੇ ਫਿਰ ਦੂਜੀ ਚੀਜ਼ ਮੈਂ ਇੱਥੇ ਜ਼ਰੂਰ ਮਾਨ ਸਾਹਿਬ ਨੂੰ ਕਈ ਵਾਰੀ ਇਹ ਗੱਲ ਕੀਤੀ ਹੈ ਕਿ ਮਾਨ ਸਾਹਿਬ ਤੁਸੀਂ ਖਾਲਸਾਣ ਦਾ ਨਾਹਰਾ ਲਾਉਂਦੇ ਹੋ ਤੁਹਾਡੇ ਤੇ ਕੁਝ ਨਹੀਂ ਹੁੰਦਾ ਜਦੋਂ ਕਿ ਆਮ ਇੱਕ ਜਿਹੜਾ ਕਿਤੇ ਜਜ਼ਬਾਤੀ ਹੋਇਆ ਨੌਜਵਾਨ ਦਾ ਖਾਲਸਾਣ ਦਾ ਨਾਹਰਾ ਲਾਉਂਦਾ ਹੈ ਤਾਂ ਉਹਦੇ ਤੇ ਪਰਚਾ ਹੋ ਜਾਂਦਾ ਇਹ ਕਿਉਂ ਹੁੰਦਾ ਤੁਹਾਡੇ ਤੇ ਕਿਉਂ ਉਹਨਾਂ ਤੇ ਕਿਉਂ ਹੁੰਦਾ ਜੇ ਕੋਈ ਤੁਹਾਡੇ ਕੋਲ ਇਹਦਾ ਡਾਕੂਮੈਂਟ ਹੈ ਤੇ ਫਿਰ ਇੰਨੇ ਬੰਦੇ ਤੇ ਪਰਚੇ ਹੋਏ ਨੇ ਉਹ ਜਾ ਕੇ ਉਹਨਾਂ ਦੇ ਛੜਾ ਲਓ ਉਹਨਾਂ ਦੇ ਪਰਚੇ ਕੈਨਸਲ ਤਾਂ ਫਿਰ ਦੂਜੀ ਗੱਲ ਹੈ ਮਾਨ ਸਾਹਿਬ ਨੂੰ ਪੁੱਛੋ ਸੰਵਿਧਾਨ ਨੂੰ ਮੰਨਦੇ ਨੇ ਜੇ ਉਹ ਸੰਵਿਧਾਨ ਨੂੰ ਨਹੀਂ ਮੰਨਦੇ ਖਾਲਿਸਤਾਨ ਦੀ ਗੱਲ ਕਰਦੇ ਨੇ ਤਾਂ ਜਿਹੜੇ ਸੰਵਿਧਾਨ ਦੇ ਉਹ ਸੌ ਚੱਕ ਕੇ ਐਮਪੀ ਬਣਨਾ ਹੈ ਫਿਰ ਉਹਨੂੰ ਕਿਉਂ ਸੌ ਚੱਕਦੇ ਨੇ ਇੱਕ ਚੀਜ਼ ਹੋਊਗਾ ਨਾ ਜਾਂ ਤਾਂ ਤੁਸੀਂ ਇੰਡੀਆ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਜਾਂ ਤੁਸੀਂ ਜਿਹੜੇ ਪਾਸੇ ਤੁਸੀਂ ਦੂਜੇ ਪਾਸੇ ਜੇ ਜੇ ਸੰਵਿਧਾਨ ਨੂੰ ਮੰਨਦੇ ਹੋ ਤਾਂ ਫਿਰ ਤੁਸੀਂ ਖਾਲਿਸਤਾਨ ਨੂੰ ਨਹੀਂ ਮੰਨ ਸਕਦੇ ਇੱਕ ਚੀਜ਼ ਮੰਗੋਗੇ ਨਾ ਸੋ ਗੱਲ ਕੀ ਹੈ ਇੱਥੇ ਏਜੰਡੇ ਨੇ ਅਜੰਡੇ ਤਹਿਤ ਲੜਦੇ ਨੇ ਉਹ ਉਹਨਾਂ ਦਾ ਏਜੰਡਾ ਉਹਨਾਂ ਦੀ ਯੂਐਸਪੀ ਇੱਕ ਅਲੱਗ ਤਰੀਕੇ ਦੀ ਹੈ ਪਰ ਜਿਹੜੀ ਬੇਸਿਕਲੀ ਇਹ ਲੜਾਈ ਹੈ ਇਹ ਲੜਾਈ ਇਨਸਾਨੀਅਤ ਦੀ ਹੈ ਕਦੇ ਵੀ ਰਾਜਨੀਤੀ ਦੇ ਵਿੱਚ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਅਸੀਂ ਸਰਕਾਰ ਅਸੀਂ ਹਮੇਸ਼ਾ ਸ਼ਾਂਤੀ ਭਾਈਚਾਰਕ ਸਾਂਝ ਤੇ ਹਮੇਸ਼ਾ ਉਹਨੂੰ ਕਾਇਮ ਰੱਖਣ ਵਾਸਤੇ ਕੰਮ ਕੀਤਾ ਸਾਡੇ ਲਈ ਹਿੰਦੂ ਸਿੱਖ ਮੁਸਲਮਾਨ ਈਸਾਈ ਹਰ ਚੀਜ਼ ਇੰਪੋਰਟੈਂਟ ਹੈ ਸਾਡੇ ਲਈ ਪੰਜਾਬ ਇੰਪੋਰਟੈਂਟ ਹੈ ਸਾਡੇ ਲਈ ਕੱਲ ਇੰਡੀਵਿਜੁਅਲਟੀ ਸਾਡੀ ਨਹੀਂ ਇੰਪੋਰਟੈਂਟ ਹੈ ਸ਼ਾਇਦ ਅਸੀਂ ਇਸ ਚੀਜ਼ 'ਚ ਮਾਰ ਵੀ ਖਾਦੀ ਕਿ ਅਸੀਂ ਪੋਲਰਾਈਜੇਸ਼ਨ ਉਸ ਪਾਸੇ ਨਹੀਂ ਜਾਂਦੇ ਜੇ ਇੱਥੇ ਵੀ ਭੈਣ ਜੀ ਹੋਰਾਂ ਦੀ ਗੱਲ ਕੀਤੀ ਜੇ ਸਾਡੇ ਏਡੀਓ ਇੱਕ ਚੀਜ਼ ਦੱਸੋ ਸਾਨੂੰ ਜੇ ਸਾਡੇ 'ਚ ਐਨੀ ਹੁੰਦਾ ਕਿ ਅਸੀਂ ਜੀ ਹੁਣ ਗੱਲਾਂ ਕਰਦੇ ਪੰਥਕ ਦੀ ਗੱਲ ਕਰਦੇ ਨੇ ਜੀ ਇਹ ਜੀ ਸਿੱਖੀ ਦੀ ਗੱਲ ਕਰਨ ਲੱਗੇ ਤੇ ਫਿਰ ਤਾਂ ਅਸੀਂ ਮਾਨ ਸਾਹਿਬ ਨੂੰ ਸਪੋਰਟ ਕਰ ਦਾਂਦੇ ਹੂੰ ਪ੍ਰੈਕਟੀਕਲੀ ਜੇ ਸਾਡੇ ਮਾਨ ਚ ਇਨੀ ਚੀਜ਼ ਹੁੰਦੀ ਤੇ ਅਸੀਂ ਮਾਨ ਸਾਹਿਬ ਖਾਲਸਾਤਨ ਦੀ ਗੱਲ ਕਰਦੇ ਨੇ ਮਾਨ ਸਾਹਿਬ ਪੰਥਕ ਹੁੰਦੇ ਨੇ ਆਪਣੇ ਆਪ ਨੂੰ ਏਡੇ ਵੱਡੇ ਤੇ ਪੰਥਕ ਨੇ ਤਾਂ ਅਸੀਂ ਉਹਨਾਂ ਦੀ ਮਦਦ ਤੇ ਆ ਜਾਂਦੇ ਸਾਡਾ ਏਜੰਡਾ ਉਹ ਨਹੀਂ ਹੈ ਸਾਡਾ ਏਜੰਡਾ ਐਤਕੀ ਜੇ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਿਆ ਪਲੱਸ ਅਸੀਂ ਸਾਨੂੰ ਲੱਗਿਆ ਕਿ ਜਿਹੜੇ ਬੰਦੀ ਸਿੰਘ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਦੀ ਆਵਾਜ਼ ਜਿਹੜੀ ਹੈ ਬੀਬੀ ਸਹੀ ਤਰੀਕੇ ਨਾਲ ਇੱਕ ਪਰਿਵਾਰ ਉਹਨਾਂ ਦਾ ਉੱਥੇ ਆਵਾਜ਼ ਬੁਲੰਦ ਕਰੂਗਾ ਇੱਕ ਮੈਸੇਜ ਆਊਗਾ ਕਿ ਅਜ ਬੰਦੀ ਸਿੰਘਾਂ ਦਾ ਪਰਿਵਾਰ ਚਿਤਕਿਆ ਹੈ ਸਾਡਾ ਏਜੰਡਾ ਇਹ ਹੈ ਨੀ अदरवाइज ਤੋਂ ਡਿਟੈਕ ਕਰ ਇਹ ਹੋਈ ਸਹਿਮਤੀ ਨਹੀਂ ਬਣੀ ਚਲੋ ਆਪੋ ਆਪਣਾ ਪ੍ਰਚਾਰ ਕਰ ਰਹੇ ਹਾਂ ਦੂਜੇ ਪਾਸੇ ਰਹਿ ਗਈ ਗੱਲ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਜੀ ਆਮ ਆਦਮੀ ਪਾਰਟੀ ਦੇ ਤਿੰਨ ਮਹੀਨਾ ਦੇ ਵਿੱਚ ਜਾਂ ਹੁਣ ਵੀ ਲੋਕਾਂ 'ਚ ਵਿਚ ਰਹੇ ਹੋ ਤੁਸੀਂ ਪਹਿਲਾਂ ਵੀ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਗਏ ਹੋਵੋਗੇ ਆਮ ਆਦਮੀ ਪਾਰਟੀ ਦੇ ਇਨਾ ਤਿੰਨ ਮਹੀਨਿਆਂ 'ਚ ਕੁਝ ਤਾਂ ਪ੍ਰਾਪਤੀ ਮੰਨਦੇ ਹੋਵੋਗੇ ਵੀ ਆਹ ਕੰਮ ਤਾਂ ਇਹਨਾਂ ਨੇ ਚੰਗਾ ਕੀਤਾ ਵੱਡੀ ਪ੍ਰਾਪਤੀ ਹੈ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਤਿੰਨ ਮਹੀਨਿਆਂ 'ਚ 92 ਐਮਐਲਏ ਦੇਖੋ ਪਹਿਲਾਂ ਜਿਤਾ ਕੇ ਪਿਛਲੇ 3 ਮਹੀਨਿਆਂ ਚ ਇੱਕ ਮੁੱਖ ਮੰਤਰੀ ਸਟਿੱਪਣੀ ਬਣ ਗਿਆ ਇੱਕ ਮੁੱਖ ਮੰਤਰੀ ਕਲੀਨਰ ਬਣ ਗਿਆ ਉਹ ਵੀ ਦਿੱਲੀ ਦੇ ਮੁੱਖ ਮੰਤਰੀ ਜਿਹੜੀ ਏਡੀਕ ਸਟੇਟ ਹੈ ਅੱਜ ਤੁਸੀਂ ਦੇਖੋ ਫੋਟੋ ਆਉਂਦੀਆਂ ਨੇ ਤੇ ਤੁਸੀਂ ਯਾਰ ਸਟੇਟਸ ਹੀ ਨਹੀਂ ਪਤਾ ਅੱਜ ਉਹਨਾਂ ਦੀ ਪ੍ਰਾਪਤੀ ਹੈ ਕਿ ਪੰਜਾਬ ਚ ਲਾ ਐਂਡ ਆਰਡਰ ਜਿਹੜਾ ਖਤਮ ਹੋ ਗਿਆ ਉਹਨਾਂ ਦੀ ਪ੍ਰਾਪਤੀ ਹੈ ਕਿ ਉਹਨਾਂ ਨੇ ਐਲਾਨ ਕਰਕੇ 24 ਕਰੋੜ ਰੁਪਏ ਦੇ ਇਸ਼ਤਿਹਾਰ ਲਵਾਤੇ ਪੂਰੇ ਦੇਸ਼ ਦੇ ਵਿੱਚ ਉਹਨਾਂ ਦੀ ਪ੍ਰਾਪਤੀ ਹੈ ਕਿ ਉਹਨਾਂ ਦੇ ਲੋਕ ਜਿਹੜੇ ਨੇ ਸੋਸ਼ਲ ਮੀਡੀਆ ਤੇ ਦੂਜੇ ਲੀਡਰਾਂ ਨੂੰ ਬਹੁਤ ਸੌਖੀਆਂ ਗਾਲਾਂ ਕੱਢਦੇ ਨੇ ਤੇ ਅੱਜ ਜਿਹੜੀਆਂ ਪ੍ਰਾਪਤੀਆਂ ਨੇ ਕਿ ਅੱਜ ਫੇਲ ਹੋਈ ਹੈ ਤਿੰਨ ਮਹੀਨਿਆਂ ਚ ਸਰਕਾਰ ਪਹਿਲੀ ਵਾਰ ਦੇਖਿਆ ਮੈਂ ਆਪਣੀ ਸਿਆਸਤ ਚ 25 ਸਾਲਾਂ ਚ ਤੇ ਉਦੋਂ ਪਹਿਲਾਂ ਵੀ ਜਦੋਂ ਪਰਿਵਾਰ ਨਾਲ ਦੇਖਦੇ ਸੀ ਕਿ ਕੋਈ ਸਰਕਾਰ ਤਿੰਨ ਮਹੀਨਿਆਂ ਚ ਲੋਕਾਂ ਦੇ ਮੂੰਹੋਂ ਲੱਗੀ ਹੈ ਜਿਹਦਾ ਇਹਨਾ ਮੋਹ ਪੰਗ ਹੋਇਆ ਜਿਹੜੇ ਜਿਹੜੇ ਲੋਕ ਕਹਿੰਦੇ ਸੀ ਕਿ ਸਾਡੀ ਸਿਕਿਉਰਿਟੀ ਲੋਕ ਕਰਦੇ ਨੇ ਜਿਹੜੇ ਕਹਿੰਦੇ ਜੇ ਤੁਹਾਨੂੰ ਸਿਕਿਉਰਿਟੀ ਚਾਹੀਦੀ ਹੈ ਤਾਂ ਤੁਸੀਂ ਨਾ ਮੁਰਗੀਖਾਨੇ ਪਾ ਲਓ ਜੇ ਰਾਜਨੀਤੀ ਨਾ ਕਰੋ ਤੇ ਫਿਰ ਹੁਣ ਭਗਵੰਤ ਮਾਨ ਸਾਹਿਬ ਨੂੰ ਕਹੋ ਵੀ ਤੁਸੀਂ ਮੁਰਗੀਖਾਨੇ ਪਾ ਲਓ ਮੈਂ ਇੱਥੇ ਥੋੜੇ ਚੈਨਲ ਜ਼ਰੀਏ ਪੁੱਛ ਲਾਣੇ ਆ ਵੀ ਮੁਰਗੀਆਂ ਵੀ ਅਸੀਂ ਭੇਜ ਦਾਂਗੇ ਮੁਰਗੀਖਾਨੇ ਖੋਲ ਲੋ ਕਿਉਂਕਿ ਤੁਹਾਨੂੰ ਤੁਸੀਂ ਇੱਕ ਉੱਥੇ ਅਫਸੋਸ ਕਰਨ ਜਾਂਦੇ ਹੋ ਤੇ ਉੱਥੇ ਤੁਸੀਂ 5000 ਬੰਦਾ 4000 ਬੰਦਾ 3000 ਬੰਦਾ ਪੁਲਿਸ ਦਾ ਉਥੇ ਲਾਉਨੇ ਹੋ ਤੇ ਸਿਕਿਉਰਟੀਆਂ ਲਾ ਲਾ ਤੁਸੀਂ ਇਹ ਕਰਦੇ ਹੋ ਕੱਲ ਹੁਣ ਕੇਜਰੀਵਾਲ ਸਾਹਿਬ ਤੇ ਮੈਨੂੰ ਲੱਗਦਾ ਉਹਨੇ ਬੰਦੇ ਨਹੀਂ ਹੋਣੇ ਜਿੰਨੇ ਸਿਕਿਉਰਟੀ ਲਾ ਰੱਖੀ ਸੀ ਉਥੇ ਜਿਹੜੇ ਰੀਸੀਵਿੰਗ ਕਰਨ ਵਾਲੇ ਸਿਵਲ ਡਰੈਸ ਦੇ ਵਿੱਚ ਕਿੰਨੀ ਪੁਲਿਸ ਇਹ ਗੱਲ ਅਸੀਂ ਉਹਨਾਂ ਨੂੰ ਪੁੱਛਦੇ ਆਂ ਉਹਨਾਂ ਦੇ ਲੀਡਰਾਂ ਨੂੰ ਕੋ ਸਵਾਲ ਕਰਦੇ ਆਂ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਇੱਕ ਮੁੱਖ ਮੰਤਰੀ ਦਾ ਪ੍ਰੋਟੋਕਾਲ ਹੁੰਦਾ ਦੋ ਦੋ ਮੁੱਖ ਮੰਤਰੀ ਇਕੱਠੇ ਪ੍ਰਚਾਰ ਕਰ ਸਾਡੇ ਵੇਲੇ ਮੁੱਖ ਮੰਤਰੀ ਦੇ ਪ੍ਰੋਟੋਕਾਲ ਕਿੱਥੇ ਜਦੋਂ ਬਕਵਾਸ ਕਰਦੇ ਸੀ ਸੋਸ਼ਲ ਮੀਡੀਆ ਤੇ ਜਦ ਤੇ ਸੁਖਬੀਰ ਸਿੰਘ ਬਾਲਤਾ ਬਠੰਡੇ ਬਾਜ਼ਾਰ ਦੇ ਵਿੱਚ ਗੋਲ ਗੱਪੇ ਵੀ ਟਿੱਕੀਆਂ ਵੀ ਤੁਸੀਂ ਦੇਖਿਆ ਨੇ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਖਾ ਕੇ ਆਏ ਨੇ ਤੇ ਫਿਰ ਇਹ ਤਾਂ ਬਿਨਾਂ ਉਹ ਤਾਂ ਬਿਨਾਂ ਸਿਕਿਉਰਟੀ ਦੀ ਗੱਲ ਮੈਂ ਕਹਣਾ ਸਿਕਿਉਰਟੀ ਨਾਲ ਹੀ ਜਾ ਕੇ ਦੇਖਣ ਕੱਲ ਪੈਂਦੀਆਂ ਨੇ ਜੁੱਤੀਆਂ ਐ ਪਰਾਂ ਦੀਆਂ ਲੰਘ ਜਾਂਦੇ ਨੇ ਗੱਲ ਕੀ ਹੈ ਜਿਹੜੇ ਲੋਕ ਜਹੇ ਜਹੇ ਬੀਜੋਗੇ ਉਹ ਜਹੇ ਵੱਢੋਗੇ ਸੋਸ਼ਲ ਮੀਡੀਆ ਤੇ ਜਿਹੜੀਆਂ ਭਗਵੰਤ ਮਾਨ ਦੇ ਕਿਸੇ ਦੇ ਹਾਕ ਮਾਰਨ ਤੇ ਗੱਡੀ ਰੁਕ ਗਈ ਕਦੇ ਵਿਰੋਧ ਵੀ ਇਹ ਕੀ ਹੈ ਜਿਹੜੀ ਨਾ ਇਹ ਰੋਕ ਕੇ ਆ ਤੁਸੀਂ ਸਾਰੇ ਦੱਸਿਆ ਜਿਹੜੇ ਲੋਕ ਇਹਨਾਂ ਦੇ ਹੱਕ ਚ ਬੋਲਦੇ ਸੀ ਉਸੇ ਟਾਈਮ ਵੱਡੇ ਵੱਡੇ ਜਿਹੜੇ ਸਾਡੇ ਵਿਦਵਾਨ ਵੀ ਨੇ ਜਾਂ ਵੱਡੇ ਵੱਡੇ ਜਿਹੜੇ ਐਨਾਲਿਸਟ ਨੇ ਉਹ ਗੱਲਾਂ ਇਹ ਸਾਰੀਆਂ ਸਭ ਡਰਾਮੇਬਾਜ਼ੀ ਸ਼ੁਰੂ ਤੋਂ ਕਰਦੇ ਨੇ ਹੁਣ ਭਗਵੰਤ ਮਾਨ ਜੀ ਖੇਤਾਂ ਨੂੰ ਅੱਗ ਲੱਗ ਜੋ ਅੱਗ ਬੁਝਾਉਂਦਾ ਫਿਰ ਜਾਂਦਾ ਜੀ ਇਹ ਸਭ ਇੱਕ ਪਲਾਨ ਤਰੀਕੇ ਦਾ ਕੰਮ ਹੁੰਦਾ ਹੈ ਹੋਰ ਕੁਝ ਨਹੀਂ ਹੈ ਅੱਜ ਫਿਰ ਉਹ ਹੀ ਚੀਜ਼ਾਂ ਕਿ ਕਿੰਨਾ ਅੱਜ ਇਹਦੇ ਘਰ ਦੇ ਬਾਹਰ ਜਿਹੜਾ ਕਹਿੰਦਾ ਸੀ ਮੇਰਾ ਹਰਾ ਪੈਨ ਚੱਲੂਗਾ ਕੋਈ ਧਰਨਾ ਨਹੀਂ ਲੱਗੂਗਾ ਸੱਤ ਧਰਨੇ ਨੇ ਜਿਹੜਾ ਕਹਿੰਦਾ ਟੈਂਕੀ ਤੇ ਨਹੀਂ ਚੜੂਗਾ ਕੇਜਰੀਵਾਲ ਸਾਹਿਬ ਉੱਪਰ ਐ ਮੂੰਹ ਕਰਕੇ ਕਰਦੇ ਸੀ ਵੀ ਕਈ ਰਾਤ ਟੈਂਕੀ ਤੋਂ ਉਤਾਰ ਦੇਣਗੇ ਇੱਕ ਦਿਨ ਮੇ ਉਹ ਅੱਜ ਵੀ ਟੈਂਕੀ ਤੇ ਚੜੇ ਹੋਏ ਨੇ ਆ ਸੰਗਰੂਰ ਸ਼ਹਿਰ ਚ ਮੈਨਾਂ ਲਾਦਾ 20 ਜਗ੍ਹਾ ਧਰਨੇ ਲਾ ਰਖੇ ਹੋਣਗੇ ਤੇ ਫਿਰ ਇਹ ਕਿੱਥੋਂ ਲੱਗਦੇ ਨੇ ਕਿੱਧਰ ਗਏ ਕੰਮ ਅਸੀਂ ਤਾਂ ਨਹੀਂ ਲਾਏ ਇਹ ਉਹੀ ਲੋਕ ਨੇ ਉਹੀ ਜਿਹੜੇ ਜਿਹੜੇ ਕਹਿੰ ਸੀ ਪਹਿਲੇ ਮਹੀਨੇ ਤੋਂ ਭਗਵੰਤ ਮਾਨ ਦੀ ਇਹੀ ਸੀ ਨਾ ਪਹਿਲੇ ਮਹੀਨੇ ਤੋਂ ਤੀਜਾ ਆ ਗਿਆ ਅਸੀਂ ਇਹ ਨਹੀਂ ਕਹਿੰਦੇ ਹੂਰ ਲਾ ਲੋ ਟਾਈਮ ਅੱਜ ਗਰੰਟੀ ਕਰਦਾ ਜੇ ਅਗਲੇ 1 ਸਾਲ ਚ ਵੀ ਇਹਨਾਂ ਚ ਇੱਕ ਵਾਦਾ ਪੂਰਾ ਕਰ ਜਾਣਾ ਹੈ ਇਹ ਬੋਲਨ ਨੂੰ ਨੇ ਕਿ ਜੀ ਵਾਲ ਕਹਿੰਦੇ ਇਹ ਜੀ ਪੰਜਾਬ ਮੇ ਤੋਂ ਜੀ ਰਿਸ਼ਵਤ ਹੈ 20% ਪਹਿਲਾਂ ਸਾਡੀ ਬਦਨਾਮੀ ਕਰ ਦੋ ਵੀ ਅਸੀਂ ਸਾਰੇ ਚੋਰ ਬੰਦੇ ਆ ਸੀ ਫਿਰ ਦੂਜੀ ਤੁਸੀਂ ਝੂਠ ਕਿੱਡਾ ਬੋਲ ਦੋ 170000 ਕਰੋੜ ਦਾ ਬਜਟ ਹੈ 20% ਰਿਸ਼ਵਤ ਹੈ 34000 ਕਰੋੜ ਕਮਾ ਲਾਂਗੇ ਉਹ ਗੁਰੂ ਆ ਦੇਖਤਾ ਲੈ 90000 ਕਰੋੜ ਰੁਪਇਆ ਤਾਂ ਫਿਕਸ ਐਕਸਪੈਂਸਸ ਹੈ ਜੀਦੇ ਚ ਸੈਲਰੀਆਂ 27000 ਕਰੋੜ ਦੇ ਜਾਂਦੀਆਂ ਨੇ ਜਿਹਦੇ ਚ ਤੁਹਾਡੇ ਟੈਕ ਆਹ ਪੈਨਸ਼ਨਾਂ ਜਾਂਦੀਆਂ ਨੇ ਜਿਹਦੇ ਸਬਸਿਡੀਆਂ ਜਾਂਦੀਆਂ ਨੇ ਜਿਹਦੇ ਜਿਹਦੇ 20 ਹਮਿੰਦੇ ਗਿਆਨ ਨਹੀਂ ਹੈ ਉਹਨਾਂ ਨੂੰ ਇੰਨਾ ਕੱਲਾ ਗਿਆਨ ਹੈ ਉੱਲੂ ਬਣਾਉਂਦੇ ਨੇ ਉਹਨਾਂ سامنے ਵੀ ਸਾਰੇ ਮੂਰਖ ਤੁਰੇ ਫਿਰਦੇ ਨੇ ਸਾਰੇ ਹੂੰ 20000 ਕਰੋੜ ਰੁਪਇਆ ਕੱਲਾ ਵਿਆਜ ਦਿੰਦਾ ਹੁਣ ਹੁਣ ਤੁਸੀਂ ਦੇਖੋ ਥੋੜਾ ਚੱਲਦਾ ਨਾ ਥੱਲੇ ਪਤਾ ਕਹਣ ਪੰਜਾਬ ਤੁਸੀਂ ਲੁੱਟ ਕੇ ਖਾ ਗਿਆ ਹੈ ਕਰਜ਼ਾ ਤੁਸੀਂ ਕਰਤਾ ਫਿਰ ਜਿਹੜਾ ਕਰਜ਼ਾ ਕਹਿੰਦਾ ਸੀ ਅਸੀਂ ਲੈਵਾ 11000 ਕਰੋੜ ਰੁਪਇਆ ਲੈ ਲਾ ਤਿੰਨ ਮਹੀਨਿਆਂ ਚ ਹੂੰ ਲੈਣਾ ਪੈਣਾ ਹੈ ਇਹ ਕਿਹੜਾ ਲੇਸੀ ਚੁਆ ਤਾਂ ਤੁਸੀਂ ਜਿਵੇਂ ਕਿਹਾ ਵੀ ਕਮੈਂਟਾਂ 'ਚ ਥੱਲੇ ਲਾਈਨ ਲੱਗ ਜਾਂਦੀ ਐ ਕੋਈ ਗੱਲ ਹੋ ਜੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਸੀਟ ਲੈਂਦੇ ਆ ਕਹਿੰਦੇ ਜੇ ਲਾਅ ਐਂਡ ਆਰਡਰ ਵਿਗੜਿਆ ਤੇ ਪਹਿਲਾਂ ਗੁੰਡੇ ਬਦਮਾਸ਼ ਵੀ ਇਹਨਾਂ ਨੇ ਪੈਦਾ ਕੀਤੇ ਆ ਜੇ ਕੋਈ ਹੋਰ ਗੱਲ ਹੋਵੇ ਸਮੱਸਿਆ ਪੰਜਾਬ ਦੀ ਕਹਿੰਦੇ ਪਹਿਲਾਂ ਇਹ ਇੰਨਾ ਕੁਛ ਤਾਣਾ ਬਾਣਾ ਵਿਗਾੜ ਕੇ ਅਸੀਂ ਤਾਂ ਸੁਧਾਰ ਰਹੇ ਹਾਂ ਸੁਧਾਰ ਮੇਰੇ ਸੁਣੋ ਪੁਲਿਸ ਤੁਹਾਡੀ ਸਿਸਟਮ ਤੁਹਾਡਾ ਸਾਨੂੰ ਤਾਂ 6 ਸਾਲ ਹੋ ਗਏ ਗਿਆ ਨੂੰ ਪਹਿਲਾਂ 5 ਸਾਲ ਕਾਂਗਰਸ ਰਹੀ ਆ ਹੁਣ 6ਵਾਂ ਸਾਲ ਚੱਲ ਪਿਆ ਸਾਡਾ ਕੀ ਐ ਸਾਡੇ ਮੈਨੂੰ ਐ ਦੱਸੋ ਅੱਜ ਤੁਸੀਂ 6 ਸਾਲਾਂ ਚ ਯਾਰ ਕਿਤੇ ਦੀ ਕਿਤੇ ਪਹੁੰਚ ਜਾਂਦਾ ਸਿਸਟਮ ਤੇ ਜਿਹੜੇ ਚੰਗਾ ਐ ਕਰੋ 3 ਮਹੀਨੇ ਹੋ ਗਏ ਤੁਸੀਂ ਇੱਕ ਬੰਦਾ ਦੱਸ ਦਿਓ ਜਿਹੜਾ ਫੜਿਆ ਹੋਵੇ ਇੱਕ ਬੰਦਾ ਦੱਸੋ ਇਹ ਜੀ ਕੀ ਕਾਰਵਾਈ ਕੀਤੀ ਐ ਤੁਸੀਂ ਹੁਣ ਕੀ ਕਰ ਰਹੇ ਨੇ ਲਾਰੈਂਸ ਬਿਸ਼ਨੋਈ ਫੜ ਲਿਆ ਸੀ ਬਿਲਕੁਲ ਉਹ ਫੜ ਲਿਆ ਯਾਰ ਉਹ ਤਾਂ ਉਹ ਤੁਸੀਂ ਥੋੜਾ ਫੜਿਆ ਹੈ ਦਿੱਲੀ ਪੁਲਿਸ ਨੇ ਕੀਤਾ ਫਿਰ ਉਹਨੂੰ ਉਹਨੂੰ ਕੋਰਟ ਦੇ ਵਿੱਚੋਂ ਲੈ ਕੇ ਆਏ ਨੇ ਸਮਨ ਕਰਾ ਕੇ ਕੋਰਟ ਦੇ ਵਿੱਚੋਂ ਉਹਦੀ ਪੁੱਛਗਿੱਛ ਵਾਸਤੇ ਰਿਮਾਂਡ ਤੇ ਲਿਆ ਹੈ ਫੜਿਆ ਨਹੀਂ ਉਹ ਆਲਰੇਡੀ ਜੇਲ੍ਹ ਸੀ ਕੋਈ ਨੂੰ ਵੀ ਪ੍ਰਾਪਤੀ ਕਹਿੰਦੇ ਆ ਕਹਿੰਦੇ ਅਜੇ ਤੱਕ ਕੋਈ ਗੈਂਗਸਟਰ ਇਦਾਂ ਲਿਆ ਹੀ ਨਹੀਂ ਸਕੀ ਸਰਕਾਰ ਕੋਈ ਜਿਵੇਂ ਅਸੀਂ ਲਿਆ ਇੱਕ ਮਿੰਟ ਪਿਛਲੀਆਂ ਸਰਕਾਰਾਂ ਚ ਕਿੰਨੇ ਮਾਰੇ ਨੇ ਹੂੰ ਗੈਂਗਸਟਰ ਮਰੇ ਨੇ ਨਾ ਤੇ ਮਰਦੇ ਨੇ ਗੋਲੀਆਂ ਵਜੀਆਂ ਨੇ ਕੋਈ ਇਹੋ ਜਿਹੇ ਉਹ ਸਾਰੇ ਹੀ ਕਰਦੇ ਨੇ ਇਹ ਕੋਈ ਪ੍ਰਾਪਤੀ ਨਹੀਂ ਹੈ ਇਹ ਨੂੰ ਤਾਂ ਫੜਿਆ ਮੈਨੂੰ ਆ ਦੱਸੋ ਚੰਗਾ ਚਲੋ ਛੱਡੋ ਲਾਰੈਂਸ ਬਿਸ਼ਰੋਈ ਨੂੰ ਤਾਂ ਰਿਮਾਂਡ ਤੇ ਲਿਆਂਦਾ ਉਹ ਤੋਂ ਇਲਾਵਾ ਦੱਸੋ ਕਿਹੜਾ ਫੜਿਆ ਹੂੰ ਇੱਥੋਂ ਥੱਲੇ ਤਾਂ ਚਾਰ ਆ ਲੋਕਲ ਵਾਲੇ ਫੜਲੇ ਕੋਈ ਗੈਂਗਸਟਰ ਫੜਿਆ ਅਜੇ ਤੱਕ ਕੋਈ ਕਿਸੇ ਤੇ ਕਾਰਵਾਈ ਹੋਈ ਹੈ ਕਿੰਨੀਆਂ ਚੀਜ਼ਾਂ ਨੇ ਯਾਰ ਕਿੰਨਾ ਰੋਜ਼ ਕਤਲ ਹੁੰਦੇ ਨੇ ਰੋਜ਼ ਕਤਲੋਗਾਰਦ ਹੁੰਦੀ ਐ ਕਾਰਵਾਈ ਕੀ ਐ ਯਾਰ ਦਾਮੀ ਹੈ ਨਹੀਂ ਮੁੱਖ ਮੰਤਰੀ ਜਿਹੜੇ ਪੁਲਿਸ ਐ ਉਹਨੂੰ ਪੁਲਿਸ ਨੂੰ ਨਕਾਮ ਮੈਂ ਕਹਿੰਦਾ ਨਕਾਰਾ ਕਰ ਰਖ ਕਿਉਂਕਿ ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਇੱਕ ਬੰਦਾ ਜਿਹਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ ਉਹਨੂੰ ਜਹਾਜ਼ ਦਾ ਸਟੀering ਫੜਾਉਂਗੇ ਕੀ ਕਰੂਗਾ ਉਹ ਆਹੀ ਕੁਛ ਹੋਊਗਾ ਕ੍ਰੈਸ਼ ਹੋਊਗਾ ਉਹ ਤੇ ਕ੍ਰੈਸ਼ ਇਹਨਾਂ ਨੇ ਕਰਤਾ ਅੱਜ ਦੇਖ ਲਿਓ ਇਹ ਥੋੜੀ ਦੇਰ ਦੇਖਦੇ ਨੇ ਆ ਇਲੈਕਸ਼ਨ ਵੀ ਦੇਖ ਲਓ 26 ਨੂੰ ਲੱਗ ਜੂ ਪਤਾ ਵੀ ਕੀ ਲੋਕ ਕਿਹੜੇ ਭਾਅ ਜਿਹੜੇ ਢਾਈ ਢਾਈ ਲੱਖ ਦੇ ਦਿੰਦੇ ਸੀ ਕਿੰਨੇ ਕਿੰਨੇ ਦੇ ਹਾਰਨਗੇ ਦੇਖੋ ਤੁਸੀਂ ਇੱਕ ਗੱਲ ਹੈ ਜਿਹੜੀ ਈਡੀ ਦੀ ਗੱਲ ਹੋਵੇ ਕਾਰਵਾਈ ਦੀ ਜਾਂ ਵਿਜੀਲੈਂਸ ਦੀ ਬਹੁਤ ਸਾਰੇ ਕਾਂਗਰਸੀ ਸਾਭਕਾ ਮੰਤਰੀ ਇੱਥੋਂ ਤੱਕ ਕਿ ਸ਼੍ਰੋਮਣੀ ਕਾਲੀ ਦਲ ਦੇ ਵੀ ਉਹ ਕਹਿੰਦੇ ਸਾਡੇ ਕੋਲ ਲਿਸਟ ਤਿਆਰ ਹੈ ਅਸੀਂ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਮਾਈਨਿੰਗ ਕੀਤੀ ਹੋਰ ਬਹੁਤ ਕੁਛ ਕੀਤਾ ਭਗਵੰਤਮਾਨ ਸਰਕਾਰ ਕਾਰਵਾਈ ਕਰਨ ਦੀਆਂ ਗੱਲਾਂ ਕਰਦੀ ਹੈ ਥੋੜੇ ਦਿਨ ਪਤਾ ਲੱਗਦਾ ਹੈ ਕਿ ਕੋਈ ਨਾ ਕੋਈ ਕਾਂਗਰਸ ਦਾ ਲੀਡਰ ਭਾਜਪਾ ਵਿੱਚ ਜਾ ਰਿਹਾ ਇਹ ਸਾਰੀ ਕੜੀ ਨੂੰ ਤੁਸੀਂ ਕਿਵੇਂ ਸਮਝਦੇ ਦੇਖੋ ਜਿਹੜੀ ਕੇਜਰੀਵਾਲ ਸਾਹਿਬ ਵੀ ਨੇ ਨਾ ਇਹ ਵੀ ਦਿੱਲੀ ਨਾਲ ਜੁੜੇ ਨੇ ਕਿਤੇ ਨਾ ਕਿਤੇ ਇਦਰੋਂ ਜਦੋਂ ਕੋਈ ਨਾ ਕੋਈ ਮੰਤਰੀ ਪਤਾ ਲੱਗਦਾ ਇਹ ਮੇਰੇ ਵੱਲੋਂ ਕਾਰਵਾਈ ਹੁੰਦੇ ਉਹ ਦਿੱਲੀ ਨੂੰ ਭਜ ਲਾਂਦਾ ਸ਼ਾਮਲ ਹੋ ਕੇ ਉਹਨੂੰ ਕੋਸ਼ਿਸ਼ ਹੁੰਦੀ ਹੈ ਵੀ ਚਲ ਉੱਥੋਂ ਮੇਰਾ ਬਚਾ ਜੋ ਹਮੇਸ਼ਾ ਜੀ ਕੋਲੇ ਚਲ ਜਾਗੇ ਉਹਨਾਂ ਦਾ ਫੋਨ ਫੋਨ ਕਰਾ ਲਾਂਗੇ ਗ੍ਰਹਿ ਮੰਤਰੀ ਐ ਤੇ ਦੇਸ਼ ਦੇ ਤੱਕ ਪ੍ਰੈਸ਼ਰ ਬਣ ਜਾਂਦਾ ਹੈ ਇਸ ਤਰ੍ਹਾਂ ਬਚਾ ਹੁੰਦਾ ਵੈਸੇ ਲੋਕਾਂ ਦਾ ਲੀਡਰਾਂ ਦਾ ਇਹ ਦੇਖੋ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਜਾਣਦੇ ਨੇ ਪਰ ਜਿਹੜੀ ਆਮ ਪ੍ਰਸ਼ਿਕਸ਼ਣਾ ਜਾਂ ਆਮ ਲੋਕਾਂ ਦੇ ਵਿੱਚ ਜਾਂ ਚਰਚਾ ਜਾਂ ਆਪਾਂ ਦੇਖਦੇ ਆਂ ਗੱਲਬਾਤ ਤਾਂ ਉੱਥੇ ਕਲੀਅਰ ਹੈ ਕਿਉਂਕਿ ਦੇਖੋ ਜਿਹੜੇ ਬੰਦੇ ਉਧਰ ਭੱਜ ਗਏ ਉਹਨਾਂ ਤੇ ਕਾਰਵਾਈ ਹੋਈ ਤਾਂ ਨਹੀਂ ਹੈਗੀ ਇਹ ਤਾਂ ਕਲੀਅਰ ਹੈ ਜਿਹੜੇ ਹੁਣ ਹੁਣ ਇੱਥੇ ਸੀ ਹੁਣ ਇਹਨਾਂ ਨੇ ਆਪਣੇ ਇੱਕ ਮੰਤਰੀ ਦੇ ਕੰਮ ਉਹ ਕੀਤਾ ਮੰਤਰੀ ਤੇ ਇਹ ਇਲੈਕਸ਼ਨ ਦੇ ਵਿੱਚ ਏਜੰਡਾ ਬਣਾਉਣਾ ਸੀ ਉਹ ਬਾਈ ਚਾਂਸ ਸੀ ਉਹਨਾਂ ਦੇ ਹੋਰ ਕੁਝ ਜਿਹੜੀਆਂ ਘਟਨਾਵਾਂ ਪੰਜਾਬ 'ਚ ਘਟੀਆਂ ਤੇ ਉਹ ਏਜੰਡਾ ਜਿਹੜਾ ਫੇਲ ਹੋ ਗਿਆ ਆਦਰਵਾਇਜ਼ ਇਹ ਬੜੇ ਡਰਾਮੇਬਾਜ਼ ਪਾਰਟੀ ਹੈ ਇਹਨਾਂ ਨੇ ਇਹਨੂੰ ਕਰਕੇ ਹੁਣ ਦਿੱਲੀ 'ਚ ਫਿਰ ਜਿਹੜਾ ਜਦੋਂ ਤਾਂ ਇੱਥੇ ਵਾਲਾ ਮੰਤਰੀ ਤਾਂ 1% ਮੰਗਿਆ ਉਹਨੇ ਲਿਆ ਵੀ ਨਹੀਂ ਮੰਗਿਆ ਉਹ ਤਾਂ ਕਰਪਟ ਹੋ ਗਿਆ ਜਦੋਂ ਦਿੱਲੀ ਦੇ ਮੰਤਰੀ ਕੋਲੋਂ ਕਈ ਕਿੰਨੇ ਕਿਲੋ ਸੋਨਾ ਤੇ ਕਿੰਨੇ ਕਰੋੜ ਰੁਪਏ ਫੜਿਆ ਗਿਆ ਉਹ ਫਿਰ ਬੜਾ ਦੋ ਤੋਤਾ ਹੋ ਗਿਆ ਤੇ ਹੁਣ ਅੱਜ ਇਕੇ ਅੰਗਰੇਜ਼ੀ ਦੇ ਅਖਬਾਰ ਚ ਵੀ ਖਬਰ ਲੱਗੀ ਐ ਸੌਦਿਆ ਸਾਫ ਦਾ ਵੀ ਚੱਕਰ ਚੱਲੀ ਜਾਂਦਾ ਤੇ ਫਿਰ ਬਾਰੀ ਤਾਂ ਜਿਹੇ ਜਾਂ ਬੀਜੋਂਗੇ ਉਹ ਜਾਂ ਵੱਢੋਂਗੇ ਤੇ ਇਹ ਜਿਹੜੀਆਂ ਚੀਜ਼ਾਂ ਬਦਲਾਖੋਰੀ ਦੀ ਨੀਤੀ ਜਿਹੜੀ ਆ ਦੇਖੋ ਤੁਸੀਂ ਮੈਂ ਕਹਿੰਦਾ ਜੈਨੂਨ ਐ ਕੋਈ ਕੰਮ ਕਰਦਾ ਜੈਨੂਨ ਠੋਕੋ ਧਰ ਕੇ ਜਿੱਤੇ ਪਰਚਾ ਬੰਦ ਆ ਪਰ ਹੁਣ ਬੋਲੀ ਜਾਂਦੇ ਸੀ ਸੁਖਬੀਰ ਸਿੰਘ ਬਾਦਲ ਦੇ ਸੁਖ ਫੇਲਾ ਤੇ ਕਰ ਲੋ ਯਾਰ ਕਾਰਵਾਈ ਰੋਕਿਆ ਕੇ ਪਹਿਲਾਂ ਕਹਿੰਦੇ ਬੱਸਾਂ ਬੰਦ ਕਰਾ ਦਾਂਗੇ ਕੇਵਲ ਬੰਦ ਕਰ ਦਾਂਗੇ ਹੋਗੀ ਹੋਗੀ ਹੁਣ ਮੈਂ ਮੈਂ ਪੀਆਰਟੀਸੀ ਦਾ ਚੇਅਰਮੈਨ ਰਹਾ ਕਹਿੰਦੇ ਨੇ ਬੱਸਾਂ ਚਲਾਈਆਂ 55 ਬਸਾਂ ਚਲਾਤੀਆਂ ਸੀ ਅਸੀਂ ਉਹ ਮੈਂ 2 ਸਾਲਾਂ ਚ 550 ਚਲਾਈ ਸੀ ਚੈੱਕ ਕਰੋ ਹੌਨ ਰਿਕਾਰਡ ਹੈ 550 ਬਸ 2 ਸਾਲਾਂ ਚ ਪੀਆਰਟੀਸੀ ਜਿੱਦੇ ਮੈਂ ਜੁਆਇਨ ਕੀਤਾ ਸੀ ਅਸੀਂ ਮੈਂ ਤਾਂ ਚੇਅਰਮੈਨ ਸਰਦਾਰ ਅਫਤਾਰ ਸਿੰਘ ਬਰਾੜ ਇੱਥੇ ਦੁਨੀਆ ਚ ਨਹੀਂ ਰਹੇ ਐਮ ਡੀ ਨਾਰੰਗ ਸਿੰਘ ਉਦੋਂ ਅਸੀਂ 2 ਸਾਲਾਂ ਚ ਆਕਸ਼ਨ ਤੋਂ ਪੀਆਰਟੀਸੀ ਆਕਸ਼ਨ ਤੇ ਸੀ ਉਦੋਂ ਕੱਢ ਕੇ 550 ਨਵੀਂ ਬਸ ਪਾ ਕੇ 11 ਕਰੋੜ ਪ੍ਰੋਫਿਟ ਚ ਕੱਢ ਕੇ ਫਿਰ ਉਦੋਂ ਬਾਅਦ ਛੱਡੀ ਸੀ ਤੇ ਇਹ 55 ਬਸਾਂ ਪਾ ਕੇ ਮੁੱਖ ਮੰਤਰੀ ਦਿੱਲੀ ਕੇਦਰੀ ਅੱਛਾ ਇੱਕ ਚੀਜ਼ ਦੱਸੋ ਮੈਨੂੰ ਯਾਰ ਪੰਜਾਬ ਦਾ ਮੁੱਖ ਮੰਤਰੀ ਹੋਵੇ ਦਿੱਲੀ ਦੇ ਮੁੱਖ ਮੰਤਰੀ ਦਾ ਕੀ ਕੰਮ ਆ ਉੱਥੇ ਪ੍ਰੋਗਰਾਮ 'ਚ ਤੁਸੀਂ ਸੀਐਮ ਨੇ ਕੀਤਾ ਤੁਸੀਂ ਆਪ ਦਾ ਕੰਮ ਕਰੋ ਇਹਦਾ ਮਤਲਬ ਫਿਰ ਤੁਹਾਡੇ ਨਾਲੋਂ ਸੁਪਰੀਮੋ ਤਾਂ ਦਿੱਲੀ ਦਾ ਮੁੱਖ ਮੰਤਰੀ ਹੈ ਦਿੱਲੀ ਐਡੀਕ ਸਟੇਟ ਹੈ ਤੇ ਤੁਸੀਂ ਐਡੇ ਵੱਡੇ ਹੋ ਤੇ ਫਿਰ ਉਹ ਤੁਹਾਡੇ ਤੇ ਰਾਜ ਕਰ ਰਿਹਾ ਹੈ ਨਾ ਤਾਂ ਮਤਲਬ ਤਾਂ ਸੋ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਤਾਂ بڑے ਪ੍ਰੋਗਰਾਮ ਸਾਡੇ ਤੁਸੀਂ ਦੇਖ ਲਓ ਕਿ ਅੱਜ ਮੈਂ ਜਿਹੜੇ ਹੁਣ ਬੋਲਣਗੇ ਥੱਲੇ ਦੇਖਿਓ ਕੋਈ ਲਿਖੂ ਐ ਕਰ ਗਿਆ ਜੀ ਤੁਸੀਂ ਉਹ ਖਾ ਗਏ ਮੈਂ ਕਹਿੰਨਾ ਵੀਰ ਮੇਰਿਓ ਰਿਕਾਰਡ ਕਢਾਓ ਆਰਟੀ ਮੰਗੋ ਉਹਨੂੰ ਬੈਲੈਂਸ ਕਰੋ ਉਹਨੂੰ ਦੇਖੋ ਉਹਨੂੰ ਪੜੋ ਕਿਨੇ ਕੀ ਕੀਤਾ ਇਹ ਸਿਰਫ ਕੀ ਹੈ ਹਵਾਈ ਗੱਲਾਂ ਨੇ ਦਿਖਾਉਂਦੇ ਨੇ ਦਿਖਾਉਂਦੇ ਜ਼ਿਆਦਾ ਨੇ ਕਰਦੇ ਘੱਟ ਨੇ ਅਲਾਨਵੰਤ ਸਿੰਘ ਮਾਨ ਹੈ ਇਹ ਇਹਨਾਂ ਦਾ ਚੰਨੀ ਫੇਲ ਕਰਤਾ ਯਾਰ ਸੱਚੀ ਉਹਨੂੰ ਕਹਿੰਦੇ ਅਲਾਨਜੀਤ ਸਿੰਘ ਚੰਨੀ ਇਹ ਚੰਨੀ ਦਾ ਵੀ ਗੁਰੂ ਹੈ ਅਲਾਨਾਂ ਚ ਅਲਾਨ ਇੱਥੇ 24 ਕਰੋੜ ਲਾਤਾ ਐਡਵਰਟਾਈਜ਼ਮੈਂਟ ਤੇ 1 ਮਹੀਨੇ ਚ 24 ਕਰੋੜ ਗੁਜਰਾਤ ਰਾਜਸਥਾਨ ਕਰਨਾਟਕਾ ਉੱਥੇ ਦਿਖਵਾਣਾ ਚਾਹੇ ਯਾਰ ਉੱਥੇ ਵੀ ਕਿਹੜੇ ਪੰਜਾਬ ਵਾਲੇ ਨੇ हिमाचल देस की कराओना जी ਸਾਡਾ ਪੈਸਾ ਜਿਹੜਾ ਇਹ ਰੌਲਾ ਪਾ ਕੇ ਰਾਤ ਤੇ ਹਿਮਾਚਲ ਚ ਜਾ ਕੇ ਵੀ ਕਹਿ ਕੇ ਆਏ ਸੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਪੰਜਾਬ ਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੋ ਗਿਆ ਤੁਸੀਂ ਦੱਸ ਦੋ ਹੋ ਗਿਆ ਯਾਰ ਕਿਉਂ ਅਸੀਂ ਇਹੀ ਤਾਂ ਸਾਡੀ ਤਰਾਸਦੀ ਹੈ ਕਿ ਅਸੀਂ ਝੂਠ ਬੋਲ ਕੇ ਰਾਜਨੀਤੀ ਕਰਦੇ ਨੇ ਲੋਕ ਤੁਸੀਂ ਅਕਾਲੀ ਦਲ ਗਲਤੀਆਂ ਹੋਈਆਂ ਹੋਣਗੀਆਂ ਯਾਰ ਅਸੀਂ ਮੈਂ ਮੰਨਦਾ ਸੀ ਸਾਰੇ ਸੁਖਬੀਰ ਜੀ ਵੀ ਸਪੀਚ ਕਹਿੰਦੇ ਨੇ ਹੁੰਦੀਆਂ ਨੇ ਜਿਹੜਾ ਬੰਦਾ ਕੰਮ ਕਰੂਗਾ ਉਹ ਤਾਂ ਗਲਤੀ ਵੀ ਹੋਣੀ ਹੈ ਸੁਭਾਅਕ ਹੈ ਤੁਸੀਂ ਪਰਿਵਾਰ ਚੋਂ ਇੱਕ ਪਰਿਵਾਰ ਚਰਾਉਣਾ ਹੈ 5 ਬੰਦਿਆਂ ਦਾ 4 ਬੰਦਿਆਂ ਦਾ ਤੁਸੀਂ ਗਲਤੀ ਨਹੀਂ ਕਰਦੇ ਇੱਕ ਪਰਿਵਾਰ ਫਾਦਰ ਜਿਹੜਾ ਹੁੰਦਾ ਉਹ ਤੋਂ ਵੀ ਗਲਤੀ ਹੁੰਦੀ ਹੈ ਪਰਿਵਾਰ ਦੇ ਮੈਂਬਰਾਂ ਇਹ ਸੁਭਾਅ ਹੈ ਇੱਕ ਇਨਸਾਨ ਦੀ ਸੁਭਾਅ ਹੈ ਅਸੀਂ ਗਲਤੀ ਕੀਤੀ ਪਰ ਅਸੀਂ ਗਲਤੀ ਨੂੰ ਸੁਧਾਰਿਆ ਵੀ ਅਸੀਂ ਅੱਜ ਵੀ ਕਹਿੰਦੇ ਤੋਂ ਵੱਡਾ ਅਹਿਸਾਸ ਕਿਹੜਾ ਹੋਇਆ ਸੀ ਕਿ ਆ ਗਲਤੀ ਹੋ ਗਈ ਇਹ ਨਹੀਂ ਹੋਣਾ ਚਾਹੀਦਾ ਨਹੀਂ ਅਹਿਸਾਸ ਦੇਖੋ ਬਹੁਤ ਚੀਜ਼ਾਂ ਨੇ ਜਾਣੇ ਅਣਜਾਣੇ ਬਹੁਤ ਕੁਝ ਹੁੰਦਾ ਹੈ ਕਈ ਵਾਰੀ ਸਾਨੂੰ ਸਾਡੇ ਐਂਗਲ ਨਾਲੋਂ ਫੈਸਲਾ ਸਹੀ ਹੁੰਦਾ ਹੈ ਪਰ ਸ਼ਾਇਦ ਤੁਹਾਡੇ ਐਂਗਲ ਨਾਲੋਂ ਫੈਸਲਾ ਸਹੀ ਨਾ ਹੋਵੇ ਇਹ ਚੀਜ਼ਾਂ ਦੇ ਵਿੱਚ ਬਹੁਤ ਨੇ ਛੋਟੀ ਛੋਟੀਆਂ ਗੱਲਾਂ ਹੁੰਦੀਆਂ ਨੇ ਕੋਈ ਵੱਡੀ ਗੱਲ ਇੱਥੇ ਨਹੀਂ ਹੈ ਬਹੁਤ ਗੱਲਾਂ ਇਹ ਜੀਆਂ ਹੁੰਦੀਆਂ ਨੇ ਰਾਜਨੀਤੀ 'ਚ ਵੀ ਆਮ ਜ਼ਿੰਦਗੀ ਦੇ ਵਿੱਚ ਵੀ ਪਰ ਇਹਨਾਂ ਦਾ ਤੇ ਯਾਰ ਸਿਸਟਮ ਹੀ ਇਹ ਹੋ ਗਿਆ ਵੀ ਅਸੀਂ ਤਾਂ ਦੁੱਧ ਤੋਤੇ ਆ ਬਾਕੀ ਸਾਰੀ ਦੁਨੀਆ ਚੋਰ ਹੈ ਜਿੰਨੇ ਪੰਜਾਬੀ ਨੇ ਸਾਰੇ ਚੋਰ ਨੇ ਕੱਲਾ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਤੇ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦਾ ਹੈ ਜਾਂ ਉਹਦਾ ਵਰਕਰ ਹੈ ਉਹ ਦੋ ਦੋ ਤੋਤਾ ਹੈ ਅੱਛਾ ਜਿੱਦਿ ਉਹ ਪਾਰਟੀ ਨੂੰ ਛੱਡ ਜਾਂਦਾ ਹੈ ਉਦੋਂ ਚੋਰ ਹੋ ਜਾਂਦਾ ਹੈ ਜਿੱਦਿ ਉਹ ਪਾਰਟੀ 'ਚ ਆ ਜਾਂਦਾ ਫੇਰ ਉਹ ਸਰਫ ਐਕਸਲ ਪਾ ਕੇ ਜਮਾਂ ਸਾਫ਼ ਕਰ ਦਿੰਦੇ ਨੇ ਉਹਨੂੰ ਸੋ ਇਸ ਕਰਕੇ ਇਹਨਾਂ ਦਾ ਤਾਂ ਸਿਸਟਮ ਇਹ ਹੈ ਅੱਜ ਉਹੀ ਭਗਵੰਤ ਮਾਨ ਹੈ ਉਹੀ ਇਹਨਾਂ ਦੇ ਲੀਡਰ ਨੇ ਜਿਨ੍ਹਾਂ ਨੂੰ ਪਿੰਡਾਂ 'ਚ ਜਾਂਦਿਆਂ ਨੂੰ 5-500 ਬੰਦਾ ਰਿਸੀਵ ਕਰਦਾ ਸੀ ਤੇ ਅੱਜ 5-5 ਬੰਦੇ ਆਉਂਦੇ ਨੇ ਉੱਥੇ ਹੂੰ ਸੈਨ ਅਗੀ ਫਰਕ ਤਾਂ ਤੁਸੀਂ ਇਹਨਾਂ ਚੋਣਾਂ ਦੇ ਦੌਰਾਨ ਸਾਡੇ ਨਾਲ ਚਰਚਾ ਕੀਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੀ ਧੰਨਵਾਦ ਥੈਂਕ ਯੂ ਤਾਂ ਸੈਨ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਗੋਲੜੀ ਜਿਨ੍ਹਾਂ ਨੇ ਵਿਵਾਕੀ ਦੇ ਨਾਲ ਉਹ ਗੱਲਾਂ ਕੀਤੀਆਂ ਨੇ ਕਿ ਪਿਛਲੇ 3 ਮਹੀਨੇ ਸਰਕਾਰ ਨੇ ਕੀ ਕੀਤਾ ਔਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਸਹਿਮਤੀ ਕਿਉਂ ਨਹੀਂ ਬਣੀ ਜਾਂ ਬਾਕੀ ਪਾਰਟੀਆਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਉਹ ਕਿਹੜੇ ਏਜੰਡੇ ਤੇ ਚੋਣ ਲੜ ਰਹੀਆਂ ਤੇ ਅਸੀਂ ਕਿਹੜੇ ਏਜੰਡੇ ਤੇ ਸਾਰੀਆਂ ਗੱਲਾਂ ਕੀਤੀਆਂ ਨੇ ਤੁਸੀਂ ਜਿਹੜੀਆਂ ਗੱਲਾਂ ਤੇ ਵੀ ਸਹਿਮਤੀ ਰੱਖਦੇ ਹੋ ਜਾਂ ਅਸਹਿਮਤੀ ਰੱਖਦੇ ਹੋ ਆਪਣੀ رائے ਵੀ ਕਮੈਂਟ ਬਾਕਸ ਦੇ ਜ਼ਰੀਏ ਦੇ ਸਕਦੇ ਹੋ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਸੰਗਰੂਰ